ਤੁਹਾਨੂੰ ਦੱਸਾਂ ਦਸਮ ਬਾਣੀ ਦੀ ਬਰਕਤ ਕੈਸੀ ਹੈ। ਤੁਹਾਨੂੰ ਇਹ ਵੀ ਦੱਸਾਂ ਵੀ ਦੁਨੀਆ ਦੇ ਉੱਤੇ ਕੋਈ ਦੂਜੀ ਕਲਮ ਨਹੀਂ ਹੋਈ ਗੁਰੂ ਗੋਬਿੰਦ ਸਿੰਘ ਦੀ ਕਲਮ ਦਾ ਜੋ ਮੁਕਾਬਲਾ ਕਰ ਸਕੇ। ਇੱਕ ਗੱਲ ਤੁਸੀਂ ਵੇਖੀ ਹੋਵੇਗੀ, ਜਿਹੜਾ ਕਵੀ ਹੁੰਦਾ ਨਾ ਕਵੀ ਇਕਾਂਤ ਚਾਹੁੰਦਾ ਹੈ, ਲੜਾਈ ਝਗੜੇ ਤੋਂ ਡਰਦਾ ਜਿਹਾ ਰਹਿੰਦਾ, ਉਹ ਜੰਗਲਾਂ ਜੁੰਗਲਾਂ 'ਚ ਬੈਠਾ ਕਵਿਤਾ ਲਿਖਦਾ ਹੈ। ਕਵੀ ਤਲਵਾਰ ਨਹੀਂ ਚਲਾ ਸਕੇ ਦੁਨੀਆ 'ਤੇ, ਇਕਾਂਤ ਚਾਹੁੰਦੇ ਨੇ, ਨਰਮ ਦਿਲ ਹੁੰਦੇ ਨੇ, ਨਰਮ ਦਿਲ 'ਚੋਂ ਹੀ ਨਗਮੇ ਫੁੱਟਦੇ ਨੇ। ਨਰਮ ਦਿਲ ਕਵੀ ਮੈਦਾਨੇ ਜੰਗ ਵਿੱਚ ਤਲਵਾਰ ਨਹੀਂ ਚਲਾ ਸਕਦਾ, ਤੇ ਮੈਦਾਨੇ ਜੰਗ ਵਿੱਚ ਤਲਵਾਰ ਚਲਾਉਣ ਵਾਲਾ ਕਠੋਰ ਚਿੱਤ ਸੂਰਮਾ ਕਦੇ ਕਲਮ ਨਹੀਂ ਚਲਾ ਸਕਦਾ। ਦੁਨੀਆ 'ਚ ਦੋਨੇ ਪੱਖ ਇੱਕ ਚਸ਼ਮੇ ਵਿੱਚ ਪੈਦਾ ਨਹੀਂ ਹੋਏ, ਇੱਕ ਸਰੀਰ ਵਿੱਚ ਪੈਦਾ ਨਹੀਂ ਹੋਏ, ਇੱਕ ਲੌਤਾ ਹੀ ਗੁਰੂ ਗੋਬਿੰਦ ਸਿੰਘ ਹੈ। ਐਵੇਂ ਉਹਨੂੰ ਖੁਦ ਖੁਦਾ ਨਹੀਂ ਕਹਿੰਦੇ। ਜਿੰਨੀ ਰਫਤਾਰ ਨਾਲ ਉਹਦੀ ਤਲਵਾਰ ਚੱਲਦੀ ਹੈ, ਉਹਨੂੰ ਦੂਣੀ ਰਫਤਾਰ ਨਾਲ ਉਹਦੀ ਕਲਮ ਚੱਲਦੀ ਹੈ।